ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਸੀ। ਦੂਜੇ ਪਾਸੇ ਏਸ਼ੀਆ 'ਚ ਦੂਜੇ ਨੰਬਰ 'ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਪੁਖਤਾ ਇੰਤਜ਼ਾਮਾਂ ਦੀ ਪੋਲ ਖੋਲਦੇ ਸਾਫ਼ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਇਸ ਵਾਰ ਵੀ ਲਾਲਧਾਰੀ ਵਾਲੇ ਬੋਰੀਆਂ 'ਚ ਫਸਲ ਨੂੰ ਭਰਨ ਦੇ ਆਦੇਸ਼ ਦਿੱਤੇ ਸੀ, ਪਰ ਨਾਭਾ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਫਸਲ ਨੂੰ ਨੀਲੀਧਾਰੀ ਬੋਰੀਆਂ ਵਿੱਚ ਭਰਨ ਨਾਲ ਹਾਹਾਕਾਰ ਮੱਚ ਗਈ ਅਤੇ ਉੱਥੇ ਹੀ ਕਿਸਾਨ 4 ਦਿਨਾਂ ਤੋਂ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹੈ। ਮੈਂ ਮੰਡੀ ਦੇ ਵਿੱਚ ਫਸਲ ਲੈ ਕੇ ਆਇਆ, ਅੱਜ ਮੈਨੂੰ 4th ਦਿਨ ਹੋ ਗਿਆ ਇੱਥੇ ਬੈਠੇ ਨੂੰ। ਸੁੱਕੀ ਫਸਲ ਹੈ ਮੇਰੀ, ਕੋਈ ਇਹਦਾ ਖਰੀਦਦਾਰ ਨਹੀਂ। 1400 ਰੁਪਈਏ 1150-1200 ਤੋਂ ਲੈ ਕੇ 1400 ਰੁਪਈਏ ਤੋਂ ਸਾਤੋਂ ਭਰਾ ਕੇ ਇਹ ਇੱਥੇ ਧਰ ਰਹੇ ਨੇ। ਇਹ ਗੌਰਮੈਂਟ ਨੂੰ ਦੇਣਗੇ, ਸਾਨੂੰ ਕੋਈ ਜੇ ਫਾਰਮ ਵੀ ਨਹੀਂ ਦੇਣ ਦਾ ਹੱਕਦਾਰ ਬਣ ਰਿਹਾ ਕੋਈ। ਸਾਡੀ ਜੀਰੀ ਖਬਰ ਨਹੀਂ ਕਿੱਧਰ ਜਾਊਗੀ ਕਿੱਧਰ ਨਹੀਂ, ਪਰ ਅਸੀਂ ਔਖੇ ਬਹੁਤ ਹਾਂ। ਬਾਦਲ ਸਾਹਿਬ ਜਿੱਦੇ ਸਾਡੇ ਨਾਲ ਤੂੰ ਵਾਅਦੇ ਕਰ ਰਿਹਾ, ਜਿੰਨੀਆਂ ਸਾਤੋਂ ਵਾਅਦੇ ਨਾਲ ਵੋਟਾਂ ਲੈ ਰਹੇ ਹਾਂ, ਉਹਦਾ ਇੰਤਜ਼ਾਮ ਕਰ ਸਾਡੀ ਜੀਰੀ 'ਚ ਕਾ। ਸਾਰਿਆਂ ਦੇ ਅੰਦਰ ਪਏ ਬਾਰਦਾਨਾ, ਸਾਨੂੰ ਇਹ ਲੋਕ ਕਹਿ ਰਹੇ ਨੇ ਵੀ ਬਾਰਦਾਨਾ ਕਿਸੇ ਦੇ ਕੋਲ ਨਹੀਂ ਹੈਗਾ। ਤੂੰ ਬਾਦਲ ਸਾਹਿਬ ਜੇ ਸਾਡੀ ਬੇਨਤੀ ਸੁਣਦਾ, ਤੂੰ ਗਾਹਾਂ ਵਾਸਤੇ ਆਉਣਾ ਚਾਹੁੰਦਾ ਸਾਡੇ ਵਿੱਚ, ਤਾਂ ਸਾਡਾ ਭਾਈ ਬਣ ਕੇ ਸਾਡੀ ਇਹ ਫਸਲ ਦਾ ਕੋਈ ਇੰਤਜ਼ਾਮ ਕਰ। ਚੁਕਾ ਫਸਲ, ਪਕਿਆ ਫਸਲ, ਪਰ ਕੱਲ੍ਹ ਇੱਥੇ ਫਸਲਾਂ 2-3 ਢੇਰੀਆਂ ਲਾਈਆਂ ਨੇ ਪੰਨ ਸਾਹਿਬ ਨੇ, ਹੋਰ ਕਿਸੇ ਦੀ ਇੱਥੇ ਲੱਗਿਆ ਨਹੀਂ, ਕਿਸੇ ਦੀ ਢੇਰੀ ਨਹੀਂ ਲੱਗੀ। ਚੱਲੋ ਨਾਲ ਕਿਸੇ ਵੀ ਮੰਡੀ ਦੇ ਵਿੱਚ ਇਹੀ ਹਾਲ ਹੈ। ਇਹ ਝੂਠੇ ਦਾਅਵੇ ਨੇ, ਝੂਠੀ ਸਰਕਾਰ ਹੈ, ਝੂਠੇ ਬੰਦੇ ਨੇ। ਇਸ ਸਬੰਧੀ SDM ਨਾਭਾ ਵੱਲੋਂ ਖਰੀਦ ਏਜੰਸੀਆਂ ਅਤੇ ਸੈਲਰ ਮਾਲਕਾਂ ਦੀ ਮੀਟਿੰਗ ਕੀਤੀ ਗਈ, ਪਰ ਇਸ ਮੀਟਿੰਗ ਦੇ ਸੰਬੰਧ ਵਿੱਚ SDM ਇਹ ਕਹਿ ਕੇ ਪੱਲਾ ਝਾੜ ਗਏ ਕਿ ਮੈਨੂੰ TV ਤੇ ਆਉਣ ਦਾ ਕੋਈ ਜ਼ਿਆਦਾ ਸ਼ੌਂਕ ਨਹੀਂ। ਦੂਜੇ ਪਾਸੇ ਹੀ ਮੋਗਾ ਵਿੱਚ ਵੀ ਕਿਸਾਨ 4 ਦਿਨਾਂ ਤੋਂ ਮੰਡੀਆਂ ਵਿੱਚ ਖੱਜਲ ਖੁਰਾਬ ਹੁੰਦੇ ਨਜ਼ਰ ਆ ਰਹੇ ਹੈ। ਕਿਸਾਨਾਂ ਦੇ ਕਹਿਣ ਦੇ ਮੁਤਾਬਿਕ ਮੰਡੀ ਵਿੱਚ ਗੰਦਗੀ ਭਰੀ ਪਈ ਹੈ, ਜਗ੍ਹਾ ਜਗ੍ਹਾ ਮੱਛਰ ਹੈ, ਪੀਣ ਲਈ ਪਾਣੀ ਦਾ ਕੋਈ ਖਾਸ ਪ੍ਰਬੰਧ ਨਹੀਂ ਅਤੇ ਬਿਜਲੀ ਦੀਆਂ ਤਾਰਾਂ ਵੀ ਨੰਗੀਆਂ ਹੈ। ਅਤੇ ਮੋਗਾ ਦੇ DM ਦੀ ਗੱਲ ਸੁਣੀਏ ਤਾਂ ਉਹ ਕਹਿੰਦੇ ਆ ਕਿ ਉਹਨਾਂ ਦੇ ਮੁਤਾਬਿਕ ਸਭ ਕੁਝ ਠੀਕ ਚੱਲ ਰਿਹਾ ਹੈ। ਮਤਲਬ ਉਹ ਚਾਲੂ ਕਰਵਾਤੇ ਨੇ, ਰਿਪੇਅਰ ਹੋਣ ਵਾਲੀ ਸੀ ਥੋੜੀ ਬਹੁਤੀ 2 ਕੂਲਰਾਂ ਦੀ, ਉਹ ਕੱਲ ਕਰਵਾਤੀ ਹੈ ਸੈਫਟੀ ਮਾਰਕ ਕਮੇਟੀ ਨੂੰ ਕਹਿ ਕੇ। ਇੱਕ ਪਾਸੇ ਸਰਕਾਰ ਵੱਲੋਂ ਮੰਡੀਆਂ ਵਿੱਚ ਸੀਜ਼ਨ ਤੋਂ ਪਹਿਲਾਂ ਹੀ ਪੁਖਤਾ ਇੰਤਜ਼ਾਮ ਕਰਨ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਸੀ, ਪਰ ਇਹ ਦਾਅਵੇ ਲੱਗਦਾ ਹੈ ਕਿ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਜਾਂਦੇ ਹੈ। ਗੁਜਰ ਸਿੰਘ ਜੀ, ਤੁਸੀਂ ਝੋਨਾ ਲੈ ਕੇ ਆਏ ਹੋ ਮੰਡੀ 'ਚ, ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਅਤੇ ਕੀ ਮੁਸ਼ਕਿਲ ਆ ਰਹੀ ਆ ਤੁਹਾਨੂੰ? 4 ਦਿਨ ਹੋ ਗਏ ਜੀ ਸਾਨੂੰ ਇੱਥੇ ਬੈਠਿਆਂ ਨੂੰ, ਕੋਈ ਸਾਨੂੰ ਇੱਥੇ ਕੋਈ ਅਰੇਂਜਮੈਂਟ ਨਹੀਂ ਕਿਸੇ ਚੀਜ਼ ਦਾ ਵੀ। ਅਤੇ ਕੋਈ ਇੰਸਪੈਕਟਰ ਤੁਹਾਡਾ ਝੋਨਾ ਵੇਖਣ ਵਾਸਤੇ ਆਇਆ, ਕੋਈ ਬੋਲੀ ਲਾਉਣ ਵਾਸਤੇ ਗੱਲ ਹੋਈ? ਕੋਈ ਨਹੀਂ ਆਇਆ ਇੱਥੇ। ਕੀ ਕਹਿੰਦੇ ਤੁਹਾਨੂੰ? ਇਹ ਸਾਨੂੰ ਤਾਂ ਕਹਿੰਦੇ ਇਹ 4-5 ਤਰੀਕ ਦੇ ਹੜਤਾਲ ਮਗਰੋਂ ਵੇਖਾਂਗੇ, ਸਾਨੂੰ ਤਾਂ ਐਂ ਕਹੀ ਜਾਂਦੇ ਆ। ਨਾਭਾ ਤੋਂ ਸੁਖਚੈਨ ਸਿੰਘ, ਮੋਗਾ ਤੋਂ ਹਰਪਾਲ ਸਿੰਘ, ਸੱਤੇ ਪਾਸ ਆਮਨੇ ਸਾਹਮਣੇ।